ਕੈਨੇਡਾ ਆਲਰੇਡੀ ਉਹ ਸਵਰਗ ਹੈ, ਇਹ ਤੁਹਾਡੇ ਸੁਪਨਿਆਂ ਨੂੰ ਉਡਾਣ ਦਿੰਦਾ ਹੈ, ਤੁਹਾਡੀ ਸੋਚ ਨੂੰ ਖੰਭ ਦਿੰਦਾ ਹੈ। ਤੇ 12ਵੀਂ ਵਾਲੇ ਬੱਚੇ ਨੇ ਉਹਨਾਂ ਦੇ ਸਪਾਊਸ ਕੋਲ ਇੱਕੋ ਚੀਜ਼ ਬਚਦੀ ਹੈ ਜੀ, ਜਾਂ ਤਾਂ ਨਵਾਂ ਇਮੀਗ੍ਰੈਂਟ ਆਉਂਦਾ ਉਹਨੂੰ ਕਾਮਯਾਬ ਹੋਣ ਲਈ ਕੈਨੇਡਾ ਦੇ ਵਿੱਚ ਕੀ ਕਰਨਾ ਪਊਗਾ। ਜਿਹੜੇ ਲੋਕ ਟ੍ਰੇਡ ਦਾ ਕੰਮ ਕਰਦੇ ਨੇ, ਵੈਲਡਿੰਗ ਹੋ ਗਿਆ, ਬਿਜਲੀ ਦਾ ਕੰਮ, 12 ਪੜ੍ਹੇ ਬੰਦੇ ਵੀ ਆਪਦੇ ਕੰਮ ਦੇ ਤਜਰਬੇ ਦੇ ਸਿਰ ਤੇ ਕੈਨੇਡਾ ਦੇ ਡਾਇਰੈਕਟ PR ਲੈਂਡ ਹੋ ਸਕਦੇ। ਜੈਨੂਅਨ ਬੱਚੇ ਅੱਜ ਵੀ ਆਉਂਦੇ ਨੇ, ਆਉਂਦੇ ਰਹਿਣਗੇ, ਤਾਂ ਇਹ ਸਮਝ ਲਓ ਕਿ ਰੱਬ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਇੱਦਾਂ ਘਬਰਾ ਕੇ ਜਾਂਦੇ ਨੇ, ਜਿਸ ਕਰਕੇ ਸਭ ਨੂੰ ਭੁਗਤਣਾ ਪੈਂਦਾ। ਦੁਨੀਆਂ ਦਾ ਜਿਹੜਾ ਬੰਦਾ ਜਿੱਥੇ ਜਿਹੋ ਜਿਹੀ ਜ਼ਿੰਦਗੀ ਜਿਉ ਰਿਹਾ, ਉਹ ਉਸੇ ਦਾ ਹੀ ਹੱਕਦਾਰ। ਕੈਨੇਡਾ ਹਰ ਇੱਕ ਨੂੰ ਆਪਦੀ ਬੁੱਕਲ ਦਾ ਨੈਗ ਦਿੰਦਾ ਹੀ ਦਿੰਦਾ। ਇੱਕ ਜਦੋਂ ਤੁਹਾਨੂੰ ਕੋਈ ਤੁਹਾਡਾ ਏਜੰਟ ਕੋਰਸ ਲੈ ਕੇ ਦਿੰਦਾ, ਤੇ ਪਹਿਲਾਂ ਤਾਂ ਕਾਲਜ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਏਜੰਟ ਕਿੱਧਰ ਚਲੇ ਗਏ। ਕੋਈ ਅੱਜ ਕੱਲ੍ਹ ਪਲੱਸ ਟੂ ਤੋਂ ਬਾਅਦ ਬੱਚੇ ਕਨਫਿਊਜ਼ ਨੇ ਕਿ ਕਰਨਾ ਕੀ ਚਾਹੀਦਾ, ਤੇ ਉਹਨਾਂ ਦੇ ਪੇਰੈਂਟਸ ਕਨਫਿਊਜ਼ ਨੇ ਕਿ ਇੰਟਰਨੈਸ਼ਨਲ ਸਟੱਡੀ ਲਈ ਕੈਨੇਡਾ ਸਹੀ ਚੁਆਇਸ ਰਹੇਗੀ ਜਾਂ ਨਹੀਂ, ਜਾਂ ਫਿਰ ਕੈਨੇਡਾ ਦਾ PR ਲੈ ਕੇ ਮੂਵ ਹੋਣਾ ਸਹੀ ਹੈ ਜਾਂ ਗਲਤ। ਹੁਣ ਕਨਫਿਊਜ਼ਨ ਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਕਿ ਉਸਦੀ ਸਹੀ ਇਨਫੋਰਮੇਸ਼ਨ, ਸਹੀ ਜਾਣਕਾਰੀ ਇੱਕ ਐਕਸਪਰਟ ਤੋਂ ਲਈ ਜਾਵੇ। ਇਸ ਕਨਫਿਊਜ਼ਨ ਨੂੰ ਦੂਰ ਕਰਨ ਲਈ ਮੈਂ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਐਕਸਪਰਟ TS ਇਮੀਗ੍ਰੇਸ਼ਨ ਦੇ ਮਾਰਕੀਟਿੰਗ ਡਾਇਰੈਕਟਰ ਜੈਸੀ ਟੰਡੀਆ ਸੰਧੂ ਜੀ ਨੂੰ ਕੰਟੈਕਟ ਕੀਤਾ ਤੇ ਉਹਨਾਂ ਤੋਂ ਇਮੀਗ੍ਰੇਸ਼ਨ ਦੇ ਮਾਮਲਿਆਂ ਤੇ ਗੱਲ ਕਰਨ ਲਈ ਟਾਈਮ ਲਿਆ। ਵੈਰੀ ਕਾਇੰਡ ਆਫ ਹਿਮ ਕਿ ਉਹਨਾਂ ਨੇ ਮੈਨੂੰ ਸਮਾਂ ਦਿੱਤਾ। ਤੁਸੀਂ ਸੰਧੂ ਸਾਹਿਬ ਨੂੰ ਸੋਸ਼ਲ ਮੀਡੀਆ ਤੇ ਇਮੀਗ੍ਰੇਸ਼ਨ ਦੇ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਰੂਰ ਦੇਖਿਆ ਹੋਣਾ। ਇਹ ਇਮੀਗ੍ਰੇਸ਼ਨ ਦੇ ਮਾਮਲਿਆਂ ਨੂੰ ਬੜੇ ਸਰਲ ਤੇ ਸਪਸ਼ਟ ਤਰੀਕੇ ਨਾਲ ਸਮਝਾਉਂਦੇ ਨੇ ਕਿ ਦੇਖਣ ਵਾਲੇ ਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਸੰਧੂ ਸਾਹਿਬ ਨਾਲ ਗੱਲ ਕਰਕੇ ਪਤਾ ਕਰਦੇ ਹਾਂ ਕਿ ਰਿਐਲਿਟੀ ਕੀ ਹੈ ਕੈਨੇਡਾ ਇਮੀਗ੍ਰੇਸ਼ਨ ਦੀ, ਕਿਹੜੇ ਨਵੇਂ ਰੂਲਸ ਆਏ ਨੇ ਇਮੀਗ੍ਰੇਸ਼ਨ ਦੇ, ਤੇ ਕੀ ਵਾਕਈ ਕੈਨੇਡਾ ਆਉਣਾ ਹੁਣ ਔਖਾ ਹੈ। ਭਾਈ ਸਭ ਤੋਂ ਪਹਿਲਾਂ ਤਾਂ ਥੈਂਕ ਯੂ, ਥੈਂਕ ਯੂ, ਥੈਂਕ ਯੂ, ਤੁਸੀਂ ਮੇਰੀ ਈਮੇਲ ਦਾ ਜਵਾਬ ਦਿੱਤਾ, ਥੈਂਕ ਯੂ ਸੋ ਮਚ ਜੀ। ਹਾਂ ਗੌਰਵ ਜੀ, ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਇਸ ਕਾਬਲ ਸਮਝਿਆ ਤੇ ਤੁਹਾਡਾ ਜਦੋਂ ਸੁਨੇਹਾ ਮਿਲਿਆ ਤੇ ਮੈਂ ਖਿਆਲ ਵੀ ਕਿਉਂ ਨਹੀਂ, ਕੁਝ ਗੱਲਾਂ ਹੁੰਦੀਆਂ ਹਨ ਜਿਹੜੀਆਂ ਇਸ ਤਰ੍ਹਾਂ ਇੰਟਰਵਿਊ ਦੇ ਰਾਹੀਂ ਹੀ ਕਲੀਅਰ ਹੁੰਦੀਆਂ ਨੇ, ਕਿਉਂਕਿ ਤੁਸੀਂ ਵੀ ਪ੍ਰੋਮ ਕਰਦੇ ਹੋ, ਇੱਧਰ ਅਸੀਂ ਵੀ ਆਪਣਾ ਪ੍ਰੋਮ ਕਰਦੇ ਹਾਂ, ਪਰ ਕਈ ਵਾਰੀ ਕੁਝ ਬਰੀਕੀਆਂ ਹੁੰਦੀਆਂ ਨੇ ਗੱਲਬਾਤ ਦੇ ਵਿੱਚ ਜਿਹੜੀਆਂ ਇੱਕ ਦੂਜੇ ਨਾਲ ਇਸ ਤਰ੍ਹਾਂ ਗੱਲ ਕਰਕੇ ਹੀ ਕਲੀਅਰ ਹੁੰਦੀਆਂ ਨੇ। ਤੁਹਾਡਾ ਸਾਨੂੰ ਮੌਕਾ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ। ਭਾਈ ਮੇਰਾ ਮੇਨ ਕਾਰਨ ਪਤਾ ਕੀ ਸੀਗਾ ਇਹਦਾ, ਕਿਉਂਕਿ ਨਾ ਮੈਂ ਜਿਵੇਂ ਪੇਜ ਬਣਾਇਆ ਤੇ ਮੈਨੂੰ ਬਹੁਤ ਜ਼ਿਆਦਾ DMs ਆਉਣ ਲੱਗ ਗਏ ਕਿ ਅਸੀਂ ਕਿੱਦਾਂ ਆਈਏ, ਕੀ ਕਰੀਏ। ਹੁਣ ਮੈਂ ਆਥੋਰਾਈਜ਼ ਨਹੀਂ ਹੈਗਾ, ਤੇ ਜੇ ਤੁਸੀਂ ਵੀਡੀਓਜ਼ ਦੇਖਿਆ ਹੋਣ ਤਾਂ ਲੋਕ ਤਾਂ ਮੈਨੂੰ ਏਜੰਟ ਸਮਝਣ ਲੱਗ ਗਏ ਨੇ ਵੀ ਮੈਂ ਕਿਹਾ ਵੀ ਮੈਂ ਕੰਸਲਟੈਂਟ ਨਹੀਂ ਹਾਂ, ਮੈਂ ਐਜ਼ ਅ ਮਤਲਬ ਹੋਬੀ ਤੁਹਾਨੂੰ ਗਾਈਡ ਕਰ ਰਿਹਾ ਵੀ ਕੈਨੇਡਾ ਦੇ ਵਿੱਚ ਮੈਂ ਆਇਆ ਹੋਇਆ। ਤੇ ਫਿਰ ਮੈਂ ਤੁਹਾਡੀ ਵੀਡੀਓਜ਼ ਨੂੰ ਬਹੁਤ ਫੋਲੋ ਕਰਦਾ ਸੀਗਾ, ਮੈਂ ਦੇਖਦਾ ਹੁੰਦਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ, ਫਿਰ ਮੈਂ ਸੋਚਿਆ ਵੀ ਕਿਉਂ ਨਾ ਯਾਰ ਤੁਹਾਨੂੰ ਕੰਟੈਕਟ ਕੀਤਾ ਜਾਵੇ, ਤੇ ਥੈਂਕ ਯੂ ਤੁਸੀਂ ਅਗਰੀ ਕੀਤਾ ਵੀ ਹਾਂਜੀ ਵੀ ਤੁਸੀਂ ਜਾਣਕਾਰੀ ਦਿਓਗੇ। ਤੁਹਾਡੇ ਪ੍ਰੋਗਰਾਮ ਦਾ ਨਾਮ ਬੜਾ ਵਧੀਆ ਜੀ, ਵਾਹ ਕੈਨੇਡਾ, ਕਿਉਂਕਿ ਬਹੁਤੇ ਲੋਕ ਇੱਥੇ ਸੋਸ਼ਲ ਮੀਡੀਆ ਤੇ ਨੈਗੇਟਿਵਿਟੀ ਫੈਲਾਉਂਦੇ ਰਹਿੰਦੇ ਨੇ, ਪਰ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਕੈਨੇਡਾ ਨੂੰ ਵਾਹ ਕਹਿ ਰਹੇ ਹਾਂ ਕਿ ਕੈਨੇਡਾ ਆਪਣੇ ਆਪ ਦੇ ਵਿੱਚ ਵਾਹ ਹੈ। ਸੋ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ, ਬਹੁਤ ਮਿਹਰਬਾਨੀ। ਹਾਂਜੀ ਭਾਈ, ਪਰਸਪੈਕਟਿਵ ਦੀ ਗੱਲ ਹੈ, ਬਾਕੀ ਨੈਗੇਟਿਵਿਟੀ ਜ਼ਿਆਦਾ ਫੈਲਾਉਂਦੇ ਰਹੋ, ਮੈਂ ਦੇਖਿਆ ਹੁਣ ਮੈਂ ਵੀ ਇੱਥੇ ਰਹਿ ਰਿਹਾ 5 ਸਾਲ ਤੋਂ, ਪਤਾ ਲੱਗ ਰਿਹਾ ਜਾਂ ਲੋਕ ਜ਼ਿਆਦਾ ਐਕਸਪੈਕਟ ਕਰ ਰਹੇ ਨੇ, ਮਾਇੰਡ ਸੈਟ ਕਰਕੇ ਨਹੀਂ ਆਉਂਦੇ। ਜਦੋਂ ਬੱਚੇ ਜ਼ਿਆਦਾ ਯੰਗ ਆ ਜਾਂਦੇ ਨੇ ਤਾਂ ਇੱਦਾਂ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਵੀ ਬਸ ਇੱਥੇ ਦਾ ਬਹੁਤ ਹੀ ਨਜ਼ਾਰੇ ਨੇ, ਇਹ ਭੁੱਲ ਜਾਂਦੇ ਵੀ ਮਿਹਨਤ ਕਰਨੀ ਪੈਂਦੀ ਆ। ਭਾਜੀ ਮੇਰਾ ਪਹਿਲਾ ਕੁਸ਼ਚਨ ਹੈ, ਉਹਨਾਂ ਬਹੁਤ ਕੁਸ਼ਚਨ ਆਉਂਦੇ ਨੇ ਇਹਦਾ, ਜਿਹੜਾ ਮਤਲਬ ਟੋਪ ਤੇ ਕੁਸ਼ਚਨ ਇਹ ਹੈ ਵੀ ਭਾਜੀ ਸਾਡੇ 'ਚ ਸਕਿੱਲ ਹੈਗੀ ਹੈ, ਅਸੀਂ ਮੈਂ ਪਲੰਬਰ ਹੈਗਾ, ਮੈਂ ਇਲੈਕਟ੍ਰੀਸ਼ਨ ਹੈਗਾ, ਪਰ ਮੇਰੇ ਕੋਲ ਫਾਰਮਲ ਐਜੂਕੇਸ਼ਨ ਨਹੀਂ ਹੈਗੀ, ਵੀ ਹੁਣ ਆਈਏ ਕਿੱਦਾਂ, ਉਹਨਾਂ ਲਈ ਕੋਈ ਆਪਸ਼ਨ ਹੈ? ਦੇਖੋ ਗੌਰਵ ਜੀ, ਕਿ ਜਦੋਂ ਤੁਸੀਂ ਇੰਡੀਆ 'ਚ ਬੈਠੇ ਹੋ, ਤੁਹਾਡੇ ਕੋਲੇ ਉੱਥੇ ਦੋ ਪ੍ਰੋਗਰਾਮ ਨੇ ਕਿ ਇੰਡੀਆ ਦੇ ਵਿੱਚੋਂ, ਦੋ ਨਹੀਂ ਜ਼ਿਆਦਾ ਪ੍ਰੋਗਰਾਮ ਨੇ ਦੋ ਤੋਂ, ਇੱਕ ਹੈਗਾ ਜੀ ਫੈਡਰਲ ਸਕਿੱਲ ਵਰਕਰ, ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਇੰਡੀਆ ਬੈਠਾ ਹੈ ਜਿਹਦੇ ਕੋਲ ਚੰਗੀ ਹਾਈ ਲੈਵਲ ਦੀ ਜੋਬ ਆ, ਆਰਸ ਤੋਂ ਚੰਗੇ ਸਕੋਰ ਨੇ, ਉਹ ਇੰਡੀਆ ਤੋਂ ਡਾਇਰੈਕਟ PR ਆ ਸਕਦਾ। ਇੱਕ ਹੈਗਾ ਫੈਡਰਲ ਸਕਿੱਲ ਟ੍ਰੇਡ, ਉਹਦੇ ਵਿੱਚ ਜਿਹੜੇ ਲੋਕ ਟ੍ਰੇਡ ਦਾ ਕੰਮ ਕਰਦੇ ਨੇ, ਜਿਵੇਂ ਵੈਲਡਿੰਗ ਹੋ ਗਿਆ, ਬਿਜਲੀ ਦਾ ਕੰਮ ਹੋ ਗਿਆ, ਟ੍ਰੇਡ ਦੇ ਵਿੱਚ ਕੋਈ ਬੜੀ ਲਿਮਿਟਡ ਲਿਸਟ ਹੈ ਦੀ, ਉਹਨਾਂ ਦੀ ਫਾਈਲ ਇੰਡੀਆ ਦੀ ਐਜੂਕੇਸ਼ਨ ਦੇ ਹਿਸਾਬ ਨਾਲ, ਇੰਡੀਆ ਦੇ ਵਰਕ ਐਕਸਪੀਰੀਅੰਸ ਦੇ ਬੇਸ ਦੇ ਉੱਪਰ ਉਹਨਾਂ ਦੀ ਫਾਈਲ ਫੈਡਰਲ ਸਕਿੱਲ ਟ੍ਰੇਡ 'ਚ ਲੱਗ ਸਕਦੀ ਆ। ਇਸ ਤੋਂ ਇਲਾਵਾ ਬਹੁਤ ਸਾਰੇ ਪਾਇਲਟ ਪ੍ਰੋਗਰਾਮ ਹੈਗੇ ਨੇ ਜਿਨ੍ਹਾਂ ਦੇ ਵਿੱਚ ਬੰਦੇ
ਕੋਈ ਬਹੁਤ ਜ਼ਿਆਦਾ ਹਾਈਲੀ ਐਜੂਕੇਟਡ ਨਹੀਂ ਚਾਹੀਦੇ, 12 ਪੜ੍ਹੇ ਬੰਦੇ ਵੀ ਆਪਦੇ ਕੰਮ ਦੇ ਤਜ਼ਰਬੇ ਦੇ ਸਿਰ 'ਤੇ ਕੈਨੇਡਾ ਦੇ ਡਾਇਰੈਕਟ PR ਲੈਂਡ ਹੋ ਸਕਦੇ ਆ। ਸੋ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ, ਹਰੇਕ ਪ੍ਰੋਫਾਈਲ ਵੱਖਰੀ ਵੱਖਰੀ ਹੁੰਦੀ ਆ, ਸੋ ਸਾਰਿਆਂ ਨੂੰ ਆਪਾਂ ਇੱਕੋ ਰਸੇ ਨਹੀਂ ਬੰਨ ਪਾਵਾਂਗੇ, ਸੋ ਉਹ ਫਿਰ ਅਲੱਗ ਅਲੱਗ ਸਾਰਾ ਸਿਨੇਰੀਓ ਦੇਖਣੇ ਪੈਂਦੇ। ਹਾਂਜੀ ਤੇ ਭਾਜੀ, ਕੋਈ ਜਿਹੜਾ ਨਵਾਂ ਸਟੱਡੀ ਪਰਮਿਟ ਦੇ ਵਿੱਚ ਕੋਈ ਚੇਂਜਸ ਆਈਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ? ਜਿਹੜੀਆਂ, ਹਾਂਜੀ, ਸਟੱਡੀ ਪਰਮਿਟ ਦੇ ਵਿੱਚ ਦੇਖੋ, ਤੁਹਾਨੂੰ ਪਤਾ ਕਿ ਜਿਹੜਾ ਸਟੱਡੀ ਪਰਮਿਟ ਸੀ ਕੈਨੇਡਾ ਨੇ ਇਸ ਲਈ ਬਣਾਇਆ ਸੀਗਾ ਕਿ ਬੱਚੇ ਇੱਥੇ ਪਿੰਡਾਂ ਦੇ ਵਿੱਚ ਆਉਣ, ਉੱਥੇ ਆਣ ਕੇ ਉੱਥੋਂ ਦੀ ਆਬਾਦੀ ਵਧਾਉਣ, ਉੱਥੋਂ ਦੀ ਜਿਹੜੀ ਇਕਾਨਮੀ ਹੈਗੀ ਉਹ 'ਚ ਹਿੱਸਾ ਪਾਉਣ। ਪਰ ਉਹ ਕਿਤੇ ਨਾ ਕਿਤੇ ਲੋਕਾਂ ਨੇ ਚੋਰ ਮੋਰੀਆਂ ਲੱਭ ਕੇ ਤੇ ਉਹ ਸਾਰੀਆਂ ਮਤਲਬ ਕਿ ਲੈ ਆਉਂਦੀਆਂ ਵੱਡਿਆਂ ਸ਼ਹਿਰਾਂ, ਟੋਰਾਂਟੋ ਵਰਗਿਆਂ ਵਿੱਚ ਜਾਂ ਵੈਨਕੂਵਰ ਦੇ ਵਿੱਚ। ਉਸੇ ਨੂੰ ਦੁਬਾਰਾ ਫਿਰ ਚੇਂਜ ਕੀਤਾ ਜੀ ਇਹਨਾਂ ਨੇ, ਕੁਛ ਗਲਤ ਨਹੀਂ ਹੋਇਆ, ਇਹ ਪਹਿਲਾਂ ਵੀ ਇਸ ਤਰ੍ਹਾਂ ਹੀ ਸੀਗਾ, ਉਹ ਸਿਰਫ ਕੁਝ ਚੋਰ ਮੋਰੀਆਂ ਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਬੰਦ ਹੋਈਆਂ ਨੇ। ਜੈਨੂਅਨ ਬੱਚੇ ਅੱਜ ਵੀ ਆਉਂਦੇ ਨੇ, ਆਉਂਦੇ ਰਹਿਣਗੇ। ਹਾਂ ਠੀਕ ਹੈ, ਜਿਹੜੇ 2 ਨੰਬਰ ਦੇ ਬੰਦੇ ਸੀਗੇ ਉਹ ਥੋੜ੍ਹਾ ਜਿਹਾ ਉਹਨਾਂ ਲਈ ਔਖਾ ਹੋ ਗਿਆ ਜੀ। ਤੇ ਭਾਜੀ, ਹੁਣ ਜਿਵੇਂ ਸਭ ਤੋਂ ਵੱਡੀ ਕਾਮਨ ਮਿਸਟੇਕ ਜਿਹੜੀ ਹੈ, ਗਲਤੀ ਬੱਚੇ ਕੀ ਕਰਦੇ ਨੇ ਜਦੋਂ ਸਟੱਡੀ ਪਰਮਿਟ ਲਈ ਅਪਲਾਈ ਕਰਦੇ ਨੇ, ਵੀ ਜਦੋਂ ਵੀਜ਼ਾ ਲੈਣਾ ਉਹਨਾਂ ਨੇ, ਉਹਨਾਂ ਦੀ ਕਾਮਨ ਮਿਸਟੇਕ ਕੀ ਹੁੰਦੀ ਆ? ਜ਼ਿਆਦਾਤਰ ਬੱਚੇ ਆਪਦੀ ਜਿਹੜੀ ਪਿਛਲੀ ਪੜ੍ਹਾਈ ਜਾਂ ਪਿਛਲੇ ਨੰਬਰ ਜਾਂ ਉਹਨਾਂ ਦੀ ਜਿਹੜੀ ਸਟੱਡੀ ਹੈਗੀ ਆ ਉਹ ਰੈਲੀਵੈਂਟ ਨਹੀਂ ਹੁੰਦੀ ਗੀ ਅਗਲੀ ਸਟੱਡੀ ਦੇ ਨਾਲ। ਜਦੋਂ ਆਫਿਸਰ ਦੇਖਦਾ ਲੈ ਵੀ ਬੱਚੇ ਨੇ ਪਿੱਛੋਂ ਆਰਟ ਕੀਤਾ ਹੋਇਆ, ਹੁਣ ਇਹ ਮੈਡੀਕਲ 'ਚ ਜਾਵੇਗਾ, ਕਿਉਂਕਿ ਆਪਾਂ ਨੂੰ ਲੱਗਦਾ ਉੱਥੇ ਬੈਠਿਆਂ ਨੂੰ ਕਿ ਸਾਨੂੰ ਇਕੱਲਾ ਕੈਨੇਡਾ ਵਾੜ ਦਿਓ, ਇੰਨਾ ਹੀ ਬਹੁਤ ਆ। ਪਰ ਜਿਹੜਾ ਆਫਿਸਰ ਹੈ ਉਹ ਇਹ ਵੇਂਦਾ ਵਾ ਕਿ ਵੀ ਜਿਹੜਾ ਬੱਚਾ ਪੜ੍ਹਨ ਜਾ ਰਿਹਾ ਵਾ ਉਹਦੀ ਜਿਹੜੀ ਸਟੱਡੀ ਦਾ, ਉਹਦੀ ਜਿਹੜਾ ਮੈਂਟਲ ਲੈਵਲ ਹੈ ਕਿ ਉਹ ਉਹ 'ਚ ਉਹਦਾ ਇੰਟਰਸਟ ਹੈ, ਰਾਈਟ, ਕਿ ਉਹਦਾ ਇੰਟਰਸਟ ਹੈ, ਉਸ ਕਰਕੇ ਉਹ ਕਈ ਵਾਰ ਵੀਜ਼ਾ ਤਾਂ ਰਿਜੈਕਟ ਕਰਨ ਦੇ ਲਈ ਵੀ ਬੱਚਾ ਅੱਗੇ ਚੱਲ ਕੇ ਪਰੇਸ਼ਾਨ ਨਾ ਹੋਵੇ। ਬੱਚਾ ਪਰੇਸ਼ਾਨ ਇਸ ਕਰਕੇ ਹੋ ਰਿਹਾ ਹੁੰਦਾ ਕਿ ਵੀਜ਼ਾ ਨਹੀਂ ਲੱਗਾ, ਜੇ ਵੀਜ਼ਾ ਲੱਗ ਜਾਂਦਾ ਗਲਤ ਸਟੱਡੀ ਕਰਕੇ ਤਾਂ ਉਹ ਜ਼ਿਆਦਾ ਪਰੇਸ਼ਾਨ ਹੋਣਾ ਇੱਥੇ ਆਣ ਕੇ, ਇਸੇ ਲਈ ਬੱਚੇ ਸਟੱਡੀ ਛੱਡ ਕੇ ਭੱਜ ਰਹੇ ਕਈ। ਭਾਈ ਜੀ, ਜੇ ਇਹ ਸਹੀ ਤਰੀਕੇ ਨਾਲ ਕਰਨ ਬੱਚੇ ਤਾਂ ਇਹਨਾਂ ਨੂੰ PR ਵੀ ਸੌਖਾ ਮਿਲੇਗਾ? ਜੇ ਬੱਚੇ ਆਪਣੀ ਸਟੱਡੀ ਦੇ ਹਿਸਾਬ ਦੇ ਨਾਲ, ਆਪਦੀ ਐਜੂਕੇਸ਼ਨ ਦੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਇੱਥੇ ਆਉਣ, ਪੜ੍ਹਾਈ ਵੀ ਪੂਰੀ ਕਰ ਲੈਣਗੇ, ਉਦੋਂ ਬਾਅਦ ਉਹਨਾਂ ਦੇ ਲਈ ਰਾਹ ਬਹੁਤ ਖੁੱਲ ਜਾਂਦੇ ਨੇ। ਪਰੇਸ਼ਾਨ ਬੱਚੇ ਉਹੀ ਹੋ ਰਹੇ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਇੱਕੋ ਚੀਜ਼ ਰੱਖੀ ਸੀ ਕਿ ਸਾਨੂੰ ਕੈਨੇਡਾ ਵਾੜ ਦਿਓ, ਬਾਕੀ ਅਸੀਂ ਆਪੇ ਵੇਖ ਲਾਂਗੇ। ਹੁਣ ਫਿਰ ਵੇਖੋ ਜੀ, ਹੁਣ ਗੌਰਮੈਂਟ ਕਹਿੰਦੀ, ਹੁਣ ਤੁਸੀਂ ਵੇਖੋ ਆਪਣੇ ਹਿਸਾਬ ਨਾਲ। ਹਾਂਜੀ, ਸਹੀ ਗੱਲ, ਬੇਸਿਕ ਸੋਚ ਪੰਜਾਬ 'ਚ ਆਪਣੇ ਜਾਤ ਰਹੀ ਹੈ ਵੀ ਬਸ ਕੈਨੇਡਾ ਪਹੁੰਚੇ ਇੱਕ ਤਰ੍ਹਾਂ, ਤੇ ਬਾਅਦ 'ਚ ਫਿਰ ਪਛਤਾਵਾ ਹੁੰਦਾ ਤੇ ਪੇਰੈਂਟਸ ਨੂੰ ਵੀ, ਹੈ ਨਾ? ਸਹੀ ਕਰ ਰਹੇ ਜੀ ਜੀ ਬਿਲਕੁਲ ਹਾਂ ਜੀ। ਤੇ ਭਾਈ, ਇਹਦੇ ਨਾਲ ਇੱਕ ਨਵਾਂ ਕੁਐਸਚਨ ਹੁੰਦਾ ਵੀ ਹੁਣ ਮੁੰਡਾ ਪਹੁੰਚ ਗਿਆ ਜਾਂ ਕੁੜੀ ਪਹੁੰਚ ਗਈ, ਉਹਦੇ ਸਪਾਊਸ ਦਾ ਕੀ, ਹੁਣ ਉਹਨਾਂ ਦੇ ਸਪਾਊਸ ਕਿੱਦਾਂ ਅਪਰੋਚ ਕਰ ਸਕਦੇ ਹਾਂ, ਉਹਨਾਂ ਲਈ ਆਪਸ਼ਨ ਕੀ ਹੈ? ਜਿਹੜੇ ਤਾਂ ਹੈਗੇ ਬੱਚੇ ਮਾਸਟਰ ਜਾਂ PhD ਡਿਗਰੀ ਕਰਨ ਦੇ ਲਈ ਆਉਂਦੇ ਹਨ, ਉਹਨਾਂ ਦੇ ਬੱਚੇ ਉਹਨਾਂ ਦੇ ਜਿਹੜੇ ਸਪਾਊਸ ਨੇ ਉਹ ਅੱਜ ਵੀ ਆ ਸਕਦੇ ਨੇ, ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ। ਪਰ ਜਿਹੜੇ 12ਵੀਂ ਵਾਲੇ ਬੱਚੇ ਨੇ ਉਹਨਾਂ ਦੇ ਸਪਾਊਸ ਕੋਲ ਇੱਕੋ ਚੀਜ਼ ਬਚਦੀ ਹੈ ਜੀ, ਜਾਂ ਤਾਂ ਵਿਜ਼ਟਰ ਵੀਜ਼ਾ ਲਵਾ ਲਓ, ਤੇ ਜਾਂ ਫਿਰ ਉਹਨਾਂ ਚਿਕਰ ਵੇਟ ਕਰੋ ਜਿੰਨਾ ਚਿਕਰ ਉਹਨਾਂ ਦੀ ਸਟੱਡੀ ਖਤਮ ਨਹੀਂ ਹੁੰਦੀ। ਜਿਹੜਾ ਇੱਥੇ ਬੰਦਾ ਆਇਆ ਹੋਇਆ ਉਹ ਪਹਿਲਾਂ ਆਪ ਵਰਕ ਪਰਮਿਟ ਤੇ ਹੋ ਜਾਏ, ਉਦੋਂ ਬਾਅਦ ਆਪਦੇ ਸਪਾਊਸ ਨੂੰ ਬੁਲਾ ਸਕਦਾ ਵਾ। ਤੇ ਭਾਜੀ, ਹੁਣ ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਉੱਪਰ ਲੱਗ ਗਿਆ ਕੈਪ ਜੀ, ਠੀਕ ਹੈ ਜੀ, ਤੇ ਹੁਣ ਮੇਰੇ ਵਰਗੇ ਸਟੂਡੈਂਟ ਜਿਹੜੇ ਵਿਚਾਰੇ ਐਵਰੇਜ ਸਟੂਡੈਂਟ ਹੁੰਦੇ ਨੇ, ਐਗਜ਼ਾਮਪਲ ਜਿਵੇਂ ਹੁਣ ਲਿਮਿਟਡ ਸਟੂਡੈਂਟ ਜਾਣਗੇ ਤੇ ਯੂਨੀਵਰਸਿਟੀਜ਼ ਤਾਂ ਬੈਸਟ ਬੱਚਿਆਂ ਨੂੰ ਬੁਲਾਉਣਗੇ, ਜਾਂ ਮੇਰੇ ਵਰਗੇ ਐਵਰੇਜ ਵੀ ਆ ਸਕਦੇ ਨੇ, ਜਾਂ ਉਹਨਾਂ ਲਈ ਆਪਸ਼ਨ ਕੀ ਹੈ ਜੇ ਨਹੀਂ ਆ ਸਕਦੇ? ਦੇਖੋ, ਆਪਸ਼ਨ ਹਜੇ ਵੀ ਕਾਫੀ ਅਵੇਲੇਬਲ ਨੇ। ਜ਼ਰੂਰੀ ਨਹੀਂ ਗਾ ਕਿ ਹਰੇਕ ਕੋਰਸ ਦੇ ਲਈ ਸਾਨੂੰ ਬਹੁਤ ਵੱਡੇ ਲੈਵਲ ਦੀ ਡਿਗਰੀ ਚਾਹੀਦੀ ਆ ਜਾਂ ਵੱਡੀ ਪੜ੍ਹਾਈ ਚਾਹੀਦੀ ਆ। ਬਹੁਤ ਸਾਰੇ ਕਈ ਵਾਰ ਕੋਰਸ ਛੋਟੇ ਹੁੰਦੇ ਨੇ, ਉਹਨਾਂ 'ਚ ਬਹੁਤੀ ਇੰਗਲਿਸ਼ ਦੀ ਲੋੜ ਨਹੀਂ ਪੈਂਦੀ ਗੀ। ਹੁਣ ਮੰਨ ਲਓ ਕਿ ਤੁਸੀਂ ਫੋਟੋਗ੍ਰਾਫੀ ਦਾ ਕੋਰਸ ਕਰਨ ਆ ਰਹੇ ਹੋ, ਉਹਦੇ 'ਚ ਤੁਹਾਨੂੰ ਬਹੁਤੀ ਇੰਗਲਿਸ਼ ਦੀ ਲੋੜ ਨਹੀਂ ਪੈਂਦੀ, ਨਾ ਕੋਈ ਬਹੁਤੀ ਉਹ 'ਚ ਕੰਪਲੀਕੇਸ਼ਨ ਹੈਗੀਆਂ ਨੇ ਜਾਂ ਬਹੁਤੀਆਂ ਟੈਕਨੀਕਲਟੀਜ਼ ਹੈਗੀਆਂ ਨੇ, ਰਾਈਟ। ਹੁਣ ਜੇ ਤੁਸੀਂ ਡਾਕਟਰ ਬਣਨ ਆ ਰਹੇ ਹੋ ਜਾਂ ਕਿਸੇ ਦਾ ਆਪਰੇਸ਼ਨ ਕਰਨਾ, ਤੁਹਾਨੂੰ ਕੋਈ ਅੰਗਰੇਜ਼ੀ 'ਚ ਕੋਈ ਗੱਲ ਕਹਿ ਰਿਹਾ, ਤੁਹਾਨੂੰ ਸਮਝ ਨਹੀਂ ਲੱਗ ਰਹੇਗੀ, ਉੱਥੇ ਪੰਗਾ ਪਵੇਗਾ। ਤਾਂ ਤੁਸੀਂ ਕੋਰਸ ਹੀ ਉਸ ਹਿਸਾਬ ਨਾਲ ਚੁਣੋ, ਜਾਂ ਹਜੇ ਵੀ ਪ੍ਰਾਈਵੇਟ ਕਾਲਜਸ ਅਵੇਲੇਬਲ ਹੈਗੇ ਨੇ, ਪ੍ਰਾਈਵੇਟ ਕਾਲਜ ਬੰਦ ਨਹੀਂ ਹੋਏਗੇ, ਜਿੱਥੇ ਬਹੁਤੀ ਹਾਈਲੀ ਐਜੂਕੇਸ਼ਨ ਦੀ ਲੋੜ ਨਹੀਂ ਹੁੰਦੀ ਗੀ, ਤੁਸੀਂ ਉਹਨਾਂ ਦੇ ਵਿੱਚ ਵੀ ਹਜੇ ਵੀ ਆ ਸਕਦੇ ਹੋ, ਪਰ ਤੁਹਾਨੂੰ ਰਾਈਟ ਗਾਈਡੈਂਸ ਚਾਹੀਦੀ ਹੁੰਦੀ ਹੈ। ਪਰ ਜਿਵੇਂ ਭਾਜੀ ਹੁਣ ਪ੍ਰਾਈਵੇਟ ਕਾਲਜ ਦਾ ਇੰਨਾ ਡਰ ਹੈ, ਜਦ ਮੇਰੇ ਵਰਗੇ ਨੂੰ ਡਰ ਲੱਗਦਾ, ਜਦ ਕਿ ਮੈਂ ਤਾਂ ਇੱਥੇ ਹੁਣ ਸਿਟੀਜ਼ਨ ਆ, ਵੀ ਪਤਾ ਕਿੱਦਾਂ ਕਰੀਏ ਵੀ ਇਹ ਕਾਲਜ ਹੀ ਸਹੀ ਹੈ, ਇਹ ਧੋਖਾ ਨਹੀਂ ਦੇ ਰਿਹਾ, ਉੱਲੂ ਨਹੀਂ ਬਣਾ ਰਿਹਾ ਸਾਨੂੰ?
ਦੇਖੋ ਇਹਦੀ ਤੇ ਇੱਕ ਬੜੀ ਵੀਡੀਓ ਬਣਾਈ ਸੀ ਅਸੀਂ ਕਿ ਇਹਦੇ 'ਚ ਚਾਰ ਪੰਜ ਚੀਜ਼ਾਂ ਹੁੰਦੀਆਂ ਨੇ। ਨੰਬਰ ਇੱਕ, ਜਦੋਂ ਤੁਹਾਨੂੰ ਕੋਈ ਤੁਹਾਡਾ ਏਜੰਟ ਕੋਰਸ ਲੈ ਕੇ ਦਿੰਦਾ ਤੇ ਪਹਿਲਾਂ ਤਾਂ ਕਾਲਜ ਨੂੰ ਆਪ ਫੋਨ ਕਰੋ, ਨੰਬਰ ਇੱਕ। ਹੁਣ ਗੂਗਲ ਤੇ ਬਹੁਤ ਕੁਛ ਪਿਆ ਹੋਇਆ, ਨੰਬਰ ਦੋ। ਨੰਬਰ ਤਿੰਨ, ਜਿਹੜੇ ਸ਼ਹਿਰ ਤੁਹਾਨੂੰ ਲੈ ਕੇ ਦੇ ਰਿਹਾ ਹੈ ਕੋਈ ਕੋਰਸ, ਉੱਥੇ ਤੁਹਾਡਾ ਕੋਈ ਭੈਣ ਭਰਾ ਕੋਈ ਯਾਰ ਦੋਸਤ ਪਹਿਲਾਂ ਰਹਿੰਦਾ ਵਾ, ਉਹਨੂੰ ਕਿ ਜਾ ਕੇ ਚੈੱਕ ਕਰਕੇ ਅਗਲੇ ਵੀ ਉਹ ਕਾਲਜ ਹੈਗਾ ਤੇ ਉੱਥੇ ਮੇਰਾ ਦਾਖਲਾ ਹੈ ਕਿ ਨਹੀਂ ਹੈ, ਉਹਨੂੰ ਪੇਪਰ ਭੇਜੋ ਆਪਦੇ, ਠੀਕ ਹੈ ਜੀ। ਉਹ ਇਹ ਚਾਰ ਪੰਜ ਚੀਜ਼ਾਂ ਯੂਜ ਕਰਕੇ ਉਸ ਕਾਲਜ ਨੂੰ ਤੁਸੀਂ ਆਪਦੀ ਈਮੇਲ ਵੀ ਕਰ ਸਕਦੇ ਹੋ ਕਿ ਭਾਈ ਜੀ ਮੈਨੂੰ ਇਸ ਏਜੰਟ ਨੇ ਆਹ ਤੁਹਾਨੂੰ ਤੁਹਾਡੇ ਕਾਲਜ ਦਾਖਲਾ ਲੈ ਕੇ ਦਿੱਤਾ ਹੈਗਾ, ਕਿ ਇਹ ਵੈਲਿਡ ਹੈ ਜਾਂ ਫਿਰ ਨਹੀਂ ਹੈ। ਸੋ ਇਹ ਚਾਰ ਪੰਜ ਚੀਜ਼ਾਂ ਯੂਜ ਕਰਕੇ ਤੁਸੀਂ ਆਪਦੇ ਆਪ ਨੂੰ ਧੋਖੇ ਤੋਂ ਬਚਾ ਸਕਦੇ ਹੋ। ਤੇ ਭਾਜੀ ਇੱਕ ਸਭ ਤੋਂ ਇੰਪੋਰਟੈਂਟ ਗੱਲ, ਹੁਣ ਵਿਜ਼ਟਰ ਵੀਜ਼ਾ ਆਉਂਦਾ, ਉਹਦੇ 'ਚ ਲੋਕ ਕੀ ਗਲਤੀ ਕਰਦੇ ਨੇ ਤੇ ਉਹ ਲੋਕ ਜਿਹੜੇ ਨੇ ਜੇ ਗਲਤੀ ਕਰਦੇ ਨੇ ਜਾਂ ਕੋਈ ਗਾਈਡੈਂਸ ਲੈਣੀ ਆ ਤੁਹਾਨੂੰ ਕਿੱਦਾਂ ਅਪਰੋਚ ਕਰਨ ਉਹ? ਦੇਖੋ ਜੀ, ਸਾਡੀ ਕੰਪਨੀ ਹੈਗੀ ਪੀ ਐਸ ਸੀ ਇਮੀਗ੍ਰੇਸ਼ਨ, ਠੀਕ ਹੈ। ਮਨਪ੍ਰੀਤ ਕੌਰ ਹੁਣ ਸਾਡੇ ਆਰ ਸੀ ਏ ਸੀ ਮੈਂਬਰ ਨੇ, ਸਾਡਾ ਦਫ਼ਤਰ ਟੋਰਾਂਟੋ ਬਰੈਂਪਟਨ ਦੇ ਵਿੱਚ ਵੀ ਹੈਗਾ, ਇੱਥੇ ਵੀ ਲਾਇਸੈਂਸ ਹੈ। ਇੰਡੀਆ ਦੇ ਵਿੱਚ ਜਿਹੜਾ ਲਾਇਸੈਂਸ ਚਾਹੀਦਾ ਸਾਡੇ ਕੋਲ ਪੀ ਐਸ ਸੀ ਇਮੀਗ੍ਰੇਸ਼ਨ ਕੋਲ ਉਹ ਵੀ ਹੈਗਾ ਵਾ। ਸੋ ਦੋ ਆਫਿਸਿਸ ਨੇ, ਇੱਕ ਜ਼ੀਰਾ ਹੈ, ਇੱਕ ਮੋਹਾਲੀ ਹੈ ਤੇ ਇੱਕ ਦਫ਼ਤਰ ਆਪਣਾ ਇੱਥੇ ਬਰੈਂਪਟਨ ਦੇ ਵਿੱਚ ਹੈ। ਸੋ ਸਾਰਾ ਕੁਝ ਗੂਗਲ ਤੇ ਪਿਆ ਹੈਗਾ ਜੀ, ਤੁਸੀਂ ਉੱਥੋਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਕੰਟੈਕਟ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਭਾਜੀ ਆਈ ਆਰ ਸੀ ਸੀ ਵੱਲੋਂ ਅਪਰੂਵਡ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਏਜੰਟ ਕੋਲ ਜਾਣ ਦਾ ਨੁਕਸਾਨ ਕੀ ਹੈ? ਆਈ ਆਰ ਸੀ ਸੀ ਕੋਲ ਜਾਣ ਦਾ ਤੁਹਾਨੂੰ ਨੁਕਸਾਨ ਨਹੀਂ ਜੀ, ਫਾਇਦਾ ਹੀ ਫਾਇਦਾ ਹੈ, ਕਿਉਂਕਿ ਉਹ ਲਾਇਬਲ ਹੈ ਤੁਹਾਡੀ ਫਾਈਲ ਦੇ ਲਈ, ਉਹ ਜਵਾਬਦੇਹ ਹੈ ਤੁਹਾਡੀ ਫਾਈਲ ਦੇ ਲਈ। ਜਿਹੜੇ ਗੋਸਟ ਏਜੰਟ ਨੇ, ਬਹੁਤ ਸਾਰੇ ਕੇਸ ਆਉਂਦੇ ਨੇ ਐਵਰੀ ਡੇ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਏਜੰਟ ਕਿੱਧਰ ਚਲੇ ਗਏ, ਕੋਈ ਆਫਿਸ ਨਹੀਂ, ਕੋਈ ਉਹਨਾਂ ਦੇ ਕੋਲ ਕੰਪਨੀ ਰਜਿਸਟਰਡ ਨਹੀਂ, ਕੋਈ ਲਾਇਬਿਲਟੀ ਨਹੀਂ ਹੈ। ਸੋ ਇਸ ਕਰਕੇ ਜਦੋਂ ਵੀ ਤੁਸੀਂ ਕੈਨੇਡੀਅਨ ਖਾਸ ਕਰਕੇ ਕੰਮ ਕਰਾਉਣਾ ਹੁੰਦਾ ਵਾ, ਤਾਂ ਉਦੋਂ ਟਰਾਈ ਕਰੋ ਕਿ ਜਿਹੜੀ ਆਰ ਸੀ ਆਈ ਸੀ ਮੈਂਬਰ ਆਫ ਸੀ ਆਈ ਸੀ ਹੁੰਦੀ ਹੈ ਜੀ, ਇਹ ਸੀ ਆਈ ਸੀ ਸੀ, ਉਹਦੇ ਮੈਂਬਰ ਦੇ ਨਾਲ ਹੀ ਗੱਲ ਕਰੋ, ਤਾਂ ਕਰਕੇ ਜਿਹੜੀ ਕੰਪਨੀ ਕੋਈ ਰਜਿਸਟਰਡ ਹੈ, ਕੋਈ ਲਾਇਬਲ ਹੈ, ਉਹਦੇ ਕੋਈ ਪੰਜਾਬੀ ਗੜ ਅੱਗੇ ਪਿੱਛੇ ਹੈ, ਉਹ ਜਵਾਬਦੇਹ ਹੈ। ਸੋ ਉਹਦੇ ਨਾਲ ਤੁਹਾਨੂੰ ਕੰਮ ਕਰਨ 'ਚ ਬੈਨੀਫਿਟ ਹੀ ਬੈਨੀਫਿਟ ਆ, ਨੁਕਸਾਨ ਕੋਈ ਨਹੀਂ ਹੋਵੇ। ਪੰਜਾਬ ਦੇ ਵਿੱਚ ਕਿੱਦਾਂ ਅਟਰੈਕਟ ਕਰਦੇ ਆ ਏਜੰਟ? ਕਿਉਂਕਿ ਆਪਾਂ ਨੂੰ ਦੇਖਿਓ ਉੱਥੇ ਖੁੰਭਾਂ ਵਾਂਗੂ ਆਫਿਸਿਸ ਨੇ, ਮਤਲਬ ਬਹੁਤ ਜ਼ਿਆਦਾ ਆਫਿਸਿਸ ਖੁੱਲੇ ਹੋਏ ਨੇ, ਮਤਲਬ ਤੇ ਲੋਕ ਕਨਵਿੰਸ ਵੀ ਹੋ ਜਾਂਦੇ ਨੇ, ਫਿਰ ਬਾਅਦ 'ਚ ਉਹ ਰਿਗਰੈਟ ਕਰਦੇ ਆ ਡਿਸੀਜਨ ਨੂੰ। ਪੰਜਾਬੀ 'ਚ ਕਹਾਵਤ ਆ ਜੀ ਕਿ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ ਵਾਰ। ਕਈ ਵਾਰ ਜਿਹੜੇ ਗੋਸਟ ਏਜੰਟ ਹੁੰਦੇ ਨੇ, ਮੰਨ ਲਓ ਕਿ ਕਿਸੇ ਆਰ ਸੀ ਸੀ ਕੰਪਨੀ ਨੇ $500 ਮੰਗ ਲਿਆ ਐਗਜ਼ਾਮਪਲ ਕਿਸੇ ਕੰਮ ਦਾ, ਤੇ ਗੋਸਟ ਏਜੰਟ ਨੇ $200 ਮੰਗ ਲਿਆ, ਐਵਰੇਜ ਬੰਦੇ ਨੂੰ ਇਹ ਲੱਗਦਾ ਕਿ ਇਹ ਵੀ ਫਾਈਲ ਹੀ ਉਹਨੇ ਲਾਉਣੀ ਆ, ਫਾਈਲ ਹੀ ਉਹਨੇ ਲਾਉਣੀ ਆ, ਪਰ ਉਹਦੇ ਪਿੱਛੇ ਜਿਹੜੀਆਂ ਬਰੀਕੀਆਂ ਨੇ, ਜਿਹੜਾ ਕੋਈ ਬੰਦੇ ਨੇ ਪੜ੍ਹਾਈ ਕੀਤੀ ਹੈ, ਕੋਈ ਡਿਗਰੀਆਂ ਲਈਆਂ ਨੇ, ਜਿਹੜੇ ਬੰਦੇ ਫਾਈਲ ਲਗਾ ਰਹੇ ਨੇ, ਓਬਵੀਅਸਲੀ ਆ ਜੀ, ਫਿਰ ਉਹਦਾ ਇੱਕ ਇੱਕ ਐਟੀਟਿਊਡ ਜਾਂ ਉਹ ਤਪੱਸਿਆ ਕਹਿ ਲਓ ਪੜ੍ਹਾਈ ਕਰਕੇ ਵਾਲੀ, ਉਹ ਫਿਰ ਇੱਕ ਗੋਸਟ ਏਜੰਟ ਕੋਲ ਨਹੀਂ ਹੋ ਸਕਦੀ ਜੀ। ਸੋ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਸਸਤਾ ਪ੍ਰੋਡਕਟ ਵੇਚ ਕੇ ਲਵਾ ਲੈਂਦੇ ਆ, ਤੇ ਆਪਣੇ ਲੋਕਾਂ ਦੀ ਆਦਤ ਵੀ ਆ ਕਿ ਸਸਤੇ ਨੂੰ ਥੋੜਾ ਜਿਹਾ ਜਲਦੀ ਅਟਰੈਕਟ ਹੋ ਜਾਂਦੇ। ਇਹ ਕੁਦਰਤੀ ਮਨੁੱਖੀ ਸੁਭਾਅ ਆ ਜੀ। ਸਹੀ ਗੱਲ ਹੈ ਜੀ, ਬਿਲਕੁਲ। ਤੁਸੀਂ ਕੈਨੇਡਾ ਕਦੋਂ ਆਏ ਤੇ ਤੁਸੀਂ ਆ ਫੀਲਡ ਨੂੰ ਕਿਉਂ ਚੁਣਿਆ, ਵੀ ਕਿਉਂ ਵੀ ਇਮੀਗ੍ਰੇਸ਼ਨ ਹੀ ਕਿਉਂ? ਠੀਕ ਹੈ ਜੀ, ਅਸੀਂ ਆਏ ਸੀ ਜੀ 2002 ਦੇ ਵਿੱਚ, ਪਹਿਲਾਂ ਟੈਲੀਵਿਜ਼ਨ ਚੈਨਲ ਕੀਤਾ, ਰੇਡੀਓ ਕੀਤਾ, ਬ੍ਰੌਡਕਾਸਟਿੰਗ 'ਚ ਰਹੇ, ਹੁਣ ਵੀ ਕਰਦੇ ਹਾਂ। ਸੋ ਇਮੀਗ੍ਰੇਸ਼ਨ ਦੇ ਵਿੱਚ ਮੇਰੀ ਵਾਈਫ ਕੋਲ ਲਾਇਸੈਂਸ ਹੈਗਾ, ਜਦੋਂ ਅਸੀਂ ਇਹ ਸਾਰੀ ਕੰਪਨੀ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਮੇਨ ਇਹੀ ਸੀ ਸਾਡਾ ਕਿ ਵੀ ਜੋ ਧੋਖੇ ਧੜੀਆਂ ਲੋਕਾਂ ਨਾਲ ਹੋ ਰਹੀਆਂ ਨੇ, ਕਿਉਂਕਿ ਜਦੋਂ ਟੀਵੀ ਵੀ ਕਰਦੇ ਸੀ ਅਸੀਂ, ਉਦੋਂ ਵੀ ਸਾਡੀ ਕੋਸ਼ਿਸ਼ ਸੀਗੀ ਕਿ ਲੋਕਾਂ ਨੂੰ ਮੈਕਸੀਮਮ ਨੌਲੇਜ ਜਾਂ ਰੀਅਲ ਗੱਲਾਂ ਜਾਂ ਜ਼ਿੰਦਗੀ ਦੀ ਫਿਲੋਸਫੀ ਜਾਂ ਮੇਰੇ ਸਬਜੈਕਟ ਡਿਫਰੈਂਟ ਰਹੇ ਨੇ ਅੱਜ ਤੱਕ। ਸੋ ਉਹਦੇ ਨਾਲ ਇੱਕੋ ਹੀ ਫਾਰਮੂਲਾ ਜੀ, ਕੁਦਰਤ ਦੇ ਕਾਨੂੰਨ ਦੇ ਨਾਲ ਕਿਵੇਂ ਜੁੜ ਕੇ ਜ਼ਿੰਦਗੀ ਕੱਢਣੀ ਹੈ, ਬਸ ਠੀਕ ਹੈ। ਉਹੀ ਚੀਜ਼ ਇਮੀਗ੍ਰੇਸ਼ਨ ਦੇ ਵਿੱਚ ਸੀਗੀ ਕਿ ਜਿਹੜੇ ਲੋਕ ਫਰੋਡ ਦਾ ਸ਼ਿਕਾਰ ਹੁੰਦੇ ਨੇ ਜਾਂ ਕਿਤੇ ਨਾ ਕਿਤੇ ਉਹ ਗਲਤੀਆਂ ਵੀ ਕਰਦੇ ਨੇ, ਸੋ ਉਹਨਾਂ ਮਕੇ ਇਸ ਕੰਪਨੀ ਦੇ ਵਿੱਚੋਂ ਇਮਾਨਦਾਰੀ ਦੀਆਂ ਸਰਵਿਸਿਸ ਦੇ ਕੇ ਮੈਕਸੀਮਮ ਲੋਕਾਂ ਨੂੰ ਚੰਗੀ ਸਰਵਿਸ ਦੇਈਏ ਜਾਂ ਜਿਹੜੀ ਐਕੂਰੇਟ ਸਰਵਿਸ ਹੈ ਉਹ ਦੇਈਏ, ਇਸ ਕਰਕੇ ਇਸ ਕੰਪਨੀ ਦੀ ਸ਼ੁਰੂਆਤ ਹੋਈ ਸੀ। ਤੇ ਭਾਈ ਕੈਨੇਡਾ ਨੇ ਤੁਹਾਨੂੰ ਕਿਵੇਂ ਚੇਂਜ ਕੀਤਾ? ਤੁਹਾਡੇ ਅੰਦਰ ਕੀ ਚੇਂਜਸ ਆਈਆਂ ਜਦੋਂ ਤੁਸੀਂ ਇੱਥੇ ਲੈਂਡ ਕੀਤਾ 2002 ਚ? ਕੈਨੇਡਾ ਦੇ ਵਿੱਚ ਇਸ ਤਰ੍ਹਾਂ ਹੈ ਜੀ ਕਿ ਇੱਕ ਕਿਤਾਬ 'ਚ ਗੱਲ ਬੁੱਕ 'ਚ ਗੱਲ ਪੜ੍ਹੀ ਸੀ, ਮੈਨੂੰ ਬੁੱਕਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ, ਉਹ 'ਚ ਲਿਖਿਆ ਸੀ ਕਿ ਕੈਨੇਡਾ ਵਰਗਾ ਮੁਲਕ
ਹਿੰਦੁਸਤਾਨੀਆਂ ਦਾ ਉਹ ਸਵਰਗ ਹੈ ਜਿੱਥੇ ਉਹ ਮਰਨ ਤੋਂ ਬਾਅਦ ਜਾਣਾ ਚਾਹੁੰਦੇ ਆ। ਵਾਹ ਕੀ ਬਾਤ ਹੈ, ਨਾ ਆਪਣੇ ਦਿਮਾਗ ਚ ਵੀ ਮਰਾਂਗੇ ਸਵਰਗ ਜਾਵਾਂਗੇ ਧਰਤੀ ਇਹੋ ਜਿਹੀ ਹੋਊਗੀ। ਕੈਨੇਡਾ ਜਿਹੜੀ ਉਹ ਸਵਰਗ ਹੈ, ਇਹ ਤੁਹਾਡੇ ਸੁਪਨਿਆਂ ਨੂੰ ਉਡਾਣ ਦਿੰਦਾ ਹੈ, ਤੁਹਾਡੀ ਸੋਚ ਨੂੰ ਖੰਭ ਦਿੰਦਾ ਹੈ। ਹਾਂ, ਤੁਹਾਡੇ ਅੰਦਰ ਕਿੰਨੀ ਕੁ ਅੱਗ ਆ ਇਹ ਤੁਹਾਡੇ ਡਿਪੈਂਡ ਕਰਦਾ। ਸੋ ਜੋ ਮੇਰੇ ਅੰਦਰ ਅੱਗ ਸੀ ਮੈਨੂੰ ਕੈਨੇਡਾ ਨੇ ਕੱਢਣ ਦਾ ਮੌਕਾ ਦਿੱਤਾ ਤੇ ਮੈਨੂੰ ਚੇਂਜ ਹੀ ਚੇਂਜ ਕੀਤਾ। ਤੇ ਭਾਈ ਤੁਸੀਂ ਵੈਸੇ ਇਹਦਾ ਜਵਾਬ ਦੇ ਤਾ, ਮੈਂ ਫਿਰ ਪੁੱਛਦਾ ਵੀ ਇੱਕ ਕੈਨੇਡੀਅਨ ਨੂੰ ਜਿਵੇਂ ਨਵਾਂ ਇਮੀਗ੍ਰੈਂਟ ਆਉਂਦਾ ਉਹਨੂੰ ਕਾਮਯਾਬ ਹੋਣ ਲਈ ਕੈਨੇਡਾ ਦੇ ਵਿੱਚ ਕੀ ਕਰਨਾ ਪਊਗਾ? ਜਿਹੜੀ ਕੈਨੇਡਾ ਹੈ ਜੀ, ਪਹਿਲਾਂ ਤੁਹਾਨੂੰ ਜ਼ਿੰਦਗੀ ਦੇ 5 ਤੋਂ ਲੈ ਕੇ 10 ਸਾਲ ਦੇਣੇ ਪੈਣਗੇ, ਠੀਕ ਹੈ। ਤੁਸੀਂ ਆਪਦੇ ਪਿੰਡ ਸ਼ਹਿਰ ਤੋਂ ਕਿਸੇ ਚੰਡੀਗੜ੍ਹ ਜਾਂ ਬੰਬੇ ਜਾਂ ਦਿੱਲੀ ਵਿਦ ਇਨ ਇੰਡੀਆ ਵੀ ਚਲੇ ਜਾਓਗੇ ਨਾ, ਤੇ ਜਾਂਦਿਆਂ ਕੁਛ ਨਹੀਂ ਹੁੰਦਾ, ਉੱਥੇ ਵੀ ਕਾਮਯਾਬ ਹੁੰਦਿਆਂ ਨੂੰ ਟਾਈਮ ਲੱਗ ਜਾਂਦਾ। ਤੇ ਹੁਣ ਤਾਂ ਅਸੀਂ ਦੇਸ਼ ਬਦਲਿਆ, ਕਲਚਰ ਬਦਲਿਆ, ਬੋਲੀ ਬਦਲੀ, ਹਰੇਕ ਚੀਜ਼ ਚੇਂਜ ਹੋ ਗਈ। ਤੁਸੀਂ 5 ਤੋਂ ਲੈ ਕੇ 10 ਸਾਲ ਕੰਸਿਸਟੈਂਸੀ ਨਾਲ ਲਾਓ ਕੈਨੇਡਾ ਦੇ ਵਿੱਚ, ਇੱਥੋਂ ਦੇ ਕਲਚਰ ਨੂੰ ਸਮਝੋ, ਇੱਥੋਂ ਦੇ ਸਿਸਟਮ ਨੂੰ ਸਮਝੋ, ਪੇਸ਼ੈਂਸ ਰਵੋ, ਜੋ ਸਾਡਾ ਧਰਮ ਸਾਨੂੰ ਸਿਖਾਉਂਦਾ ਇੰਡੀਆ ਤੋਂ ਕਿ ਵੀ ਸਬਰ ਸੰਤੋਖ ਉਹਦੇ ਨਾਲ ਚੱਲੋ, ਮਿਹਨਤ ਨਾਲ ਚੱਲੋ, ਇਮਾਨਦਾਰੀ ਨਾਲ ਚੱਲੋ। ਕੈਨੇਡਾ ਹਰ ਇੱਕ ਨੂੰ ਆਪਦੀ ਬੁੱਕਲ ਦਾ ਨੈਗ ਦਿੰਦਾ ਹੀ ਦਿੰਦਾ। ਤੇ ਭਾਜੀ ਤੁਹਾਡੀ ਲਾਈਫ ਦੀ ਫਿਲੋਸਫੀ, ਲਾਈਫ ਦਾ ਮੰਤਰ ਕੀ ਹੈ? ਵੀ ਤੁਸੀਂ ਜਿਵੇਂ ਕਈ ਵਾਰ ਹੁੰਦਾ, ਕਈ ਵਾਰ ਤੁਹਾਡੇ ਲੋਅ ਮੂਮੈਂਟ ਆਉਂਦੀ ਹੋਊਗੀ, ਯਾਰ ਕੀ ਹੈ ਯਾਰ ਕੀ ਹੈ, ਹੋ ਕੀ ਰਿਹਾ ਹੈ, ਮਤਲਬ ਆਪਾਂ ਜਿਵੇਂ ਦੇਖਦੇ ਹਾਂ ਲੋਕਾਂ ਨੂੰ, ਇਸ ਕਰਕੇ ਆਪਾਂ ਫਰਸਟ੍ਰੇਟ ਹੁੰਦੇ ਹਾਂ। ਉਦੋਂ ਤੁਸੀਂ ਆਪਣੇ ਆਪ ਨੂੰ ਸੈੱਟ ਕਿੱਦਾਂ ਕਰਦੇ ਹੋ, ਕਿਉਂਕਿ ਬਹੁਤ ਜ਼ਰੂਰੀ ਹੈ ਮਾਈਂਡ ਸੈੱਟ ਕਰਨ ਵਾਸਤੇ ਦੁਬਾਰਾ, ਵੀ ਆਪਾਂ ਦੁਬਾਰਾ ਟਰੈਕ 'ਤੇ ਆਈਏ, ਉਹ ਫਿਲੋਸਫੀ ਕੀ ਹੈ ਤੁਹਾਡੀ? ਇੱਕੋ ਹੀ ਫਿਲੋਸਫੀ ਆ ਜੀ ਕਿ ਕੁਦਰਤ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦੀ। ਦੁਨੀਆ ਦਾ ਜਿਹੜਾ ਬੰਦਾ ਜਿੱਥੇ ਜਿਹੋ ਜਿਹੀ ਜ਼ਿੰਦਗੀ ਜਿਉਂ ਰਿਹਾ ਉਹ ਉਸੇ ਦਾ ਹੀ ਹੱਕਦਾਰ। ਨੰਬਰ 1, ਕਦੇ ਕੁਦਰਤ ਦੇ ਕਿਸੇ ਕਾਨੂੰਨ 'ਤੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਜੇ ਅੱਜ ਸਰੀਰ ਬਣਾਇਆ ਤਾਂ ਜਿੰਮ ਲਾਇਆ, ਇਹ ਵੀ ਕੁਦਰਤ ਦਾ ਕਾਨੂੰਨ ਹੈ, ਠੀਕ ਆ। ਜੇ ਅੱਜ ਬ੍ਰੌਡਕਾਸਟਿੰਗ ਦੇ ਵਿੱਚ ਹਾਂ, ਉਹਦੇ ਲਈ ਪਹਿਲਾਂ ਪੜ੍ਹਾਈ ਕੀਤੀ ਹੈ। ਜਿਵੇਂ ਤੁਸੀਂ ਮੇਰੇ ਕੋਲ ਆਓਗੇ ਤਾਂ ਮੈਂ ਤੁਹਾਡੀਆਂ ਕਿਤਾਬਾਂ ਦਿਖਾਵਾਂ, ਤੁਸੀਂ ਵੀ ਖੁਸ਼ ਹੋਵੋਗੇ ਦੇਖ ਕੇ ਲਈ, ਵੀ ਠੀਕ ਹੈ। ਸੋ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਤੁਸੀਂ ਕੁਦਰਤ ਦੇ ਕਾਨੂੰਨ ਦੇ ਵਿੱਚ ਰਹਿ ਕੇ ਇੱਕ ਤਾਂ ਇਹ ਸਮਝ ਲਓ ਕਿ ਰੱਬ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਜਿੱਦਣ ਇਸ ਗੱਲ ਦੀ ਸਮਝ ਲੱਗ ਗਈ, ਉਦੋਂ ਜ਼ਿੰਦਗੀ ਦੇ ਸਾਰੇ ਸ਼ਿਕਵੇ ਬੰਦ। ਤੁਸੀਂ ਢਹਿੰਦੀ ਕਲਾ ਦੇ ਵਿੱਚ ਕਦੇ ਜਾਓਗੇ ਨਹੀਂ। ਜੇ ਕਾਮਯਾਬੀ ਲੈਣੀ ਆ ਤਾਂ ਤੁਹਾਨੂੰ ਸਾਈਡ ਹਾਸਲ ਕਰਨੀ ਪਵੇਗੀ, ਆਪਦੀ ਸਾਰੇ ਕਾਜ਼ੇ ਉੱਪਰ ਕੰਟਰੋਲ ਕਰਨਾ ਪਵੇਗਾ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ, ਮਨ ਜੀਤੇ ਜਗ ਜੀਤੇ ਵਾਲੀ ਫਿਲੋਸਫੀ ਚੱਲਣਾ ਪਊਗਾ। ਜਿੱਦਣ ਕੋਈ ਵੀ ਬੰਦਾ, ਮੈਂ ਨਹੀਂ ਦੁਨੀਆਂ ਦਾ ਕੋਈ ਬੰਦਾ, ਇਹਨਾਂ ਫਿਲੋਸਫੀਆਂ ਚੱਲਣ ਲੱਗ ਪਊਗਾ, ਉਹ ਢਹਿੰਦੀ ਕਲਾ 'ਚ ਨਹੀਂ ਰਹਿ ਸਕਦਾ, ਉਹ ਚੜ੍ਹਦੀ ਕਲਾ 'ਚ ਰਹੇਗਾ, ਆਲਵੇਜ਼ ਮੋਟੀਵੇਟਡ ਰਹੇਗਾ, ਆਪਦੇ ਸਮਾਜ ਨੂੰ, ਆਪਦੇ ਲੋਕਾਂ ਨੂੰ ਮੋਟੀਵੇਟਡ ਕਰਦਾ ਰਹੇਗਾ। ਕੀ ਬਾਤ ਹੈ ਭਾਜੀ, ਵਾਹ, ਥੈਂਕ ਯੂ ਸੋ ਮਚ ਭਾਜੀ ਇਹ ਗੱਲ ਸ਼ੇਅਰ ਕਰਨ ਵਾਸਤੇ, ਕਿਉਂਕਿ ਕੁਛ ਨਹੀਂ ਪਤਾ ਕੌਣ ਸੁਣ ਰਿਹਾ ਤੇ ਕਿਹੜੀ ਗੱਲ ਤੇ ਕਿਹੜਾ ਬੰਦਾ ਇੰਸਪਾਇਰ ਹੋ ਜਾਏ, ਜਿਵੇਂ ਤੁਸੀਂ ਮੈਨੂੰ ਦੱਸਿਆ ਇਹ ਗੱਲ ਬਾਰੇ, ਕਿਉਂਕਿ ਮੇਰੇ ਮਾਇੰਡ 'ਚ ਇਹ ਚੀਜ਼ਾਂ ਘੁੰਮੀਆਂ ਨੇ ਹੁਣ ਵੀ, ਆਪਾਂ ਸੈਟਿਸਫਾਈ ਰਹਿਣਾ, ਸਹੀ ਗੱਲ ਕਰੇ। ਕਿਉਂਕਿ ਕਿਉਂਕਿ ਦੇਖੋ ਸ਼ਿਕਵਾ ਤਾਂ ਉਦੋਂ ਹੋਵੇਗਾ ਨਾ ਜਦੋਂ ਕੋਈ ਤੁਹਾਨੂੰ ਲੱਗੇਗਾ ਮੇਰੇ ਨਾਲ ਬੇਇਨਸਾਫੀ ਹੋਈ ਹੈ, ਤੇ ਤੁਹਾਨੂੰ ਲੱਗਦਾ ਕੁਦਰਤ ਬੇਇਨਸਾਫੀ ਕਰਦੀ ਕਿਸੇ ਨਹੀਂ ਕਰਦੀ। ਕੁਦਰਤ ਬਹੁਤ ਬਹੁਤ, ਹਾਂ ਕੁਦਰਤ ਦੋ ਗੱਲਾਂ ਨੇ, ਕੁਦਰਤ ਕਰੂਪ ਵੀ ਬਹੁਤ ਆ, ਇੱਕ ਦਾ ਇਹ ਵੀ ਪੱਖ ਆ। ਜੇ ਤੁਸੀਂ ਗਲਤੀ ਕੀਤੀ ਕੋਈ, ਹੁਣ ਤੁਹਾਨੂੰ ਉਹਨੇ ਬਖਸ਼ਣਾ ਨਹੀਂ, ਜੋ ਤੁਸੀਂ ਮਿਹਨਤ ਕੀਤੀ ਆ ਉਦੋਂ ਵੀ ਨਹੀਂ ਬਖਸ਼ਣਾ, ਜੇ ਗਲਤੀ ਕੀਤੀ ਫਿਰ ਵੀ ਨਹੀਂ ਬਖਸ਼ਣਾ। ਬਹੁਤ ਹਮੇਸ਼ਾ ਇਨਸਾਫ਼ ਕਰਨਾ, ਹਮੇਸ਼ਾ ਇਨਸਾਫ਼।
ਤੇ ਭਾਜੀ ਜਿਵੇਂ ਹੁਣ ਕੈਨੇਡਾ ਦੇ ਵਿੱਚ ਮਿਸ ਇਨਫੋਰਮੇਸ਼ਨ ਬਹੁਤ ਫੈਲਾਈ ਜਾ ਰਹੀ ਹੈ ਜਿਵੇਂ ਆਪਣੇ ਪੰਜਾਬੀਆਂ ਦੇ ਵਿੱਚ ਵੀ ਇੱਥੇ ਤਾਂ ਜੀ ਘਰ ਮਹਿੰਗੇ ਹੋਏ ਹਾਹਾਕਾਰ ਹੋ ਗਈ। ਜਿਵੇਂ ਮੈਂ ਤੁਹਾਡੀ ਮੈਂ ਲਾਸਟ ਵੀਡੀਓ ਦੇਖੀ ਸੀ, ਤੁਸੀਂ ਬੜਾ ਵਧੀਆ ਐਕਸਪਲੇਨ ਕੀਤਾ ਸੀ ਭਾਈ ਸਾਹਿਬ ਵੀ ਏਦਾਂ ਕਰਵ ਆਉਂਦਾ ਉੱਪਰ ਜਾਂਦਾ ਫਿਰ ਥੱਲੇ ਜਾਂਦਾ, ਕਿਉਂਕਿ 2008-10 ਦਾ ਮੈਨੂੰ ਯਾਦ ਹੈ ਮੈਂ ਇੰਡੀਆ 'ਚ ਹੁੰਦਾ ਸੀ ਉਦੋਂ ਵੀ ਏਦਾਂ ਹੋਇਆ ਸੀ, ਆਪਣਾ ਰਿਸੈਸ਼ਨ ਆ ਗਿਆ, ਆ ਹੋ ਗਿਆ, ਨੋਰਮਲ ਹੋ ਗਿਆ ਵੀ ਉਹ ਲੋਕ ਏਦਾਂ ਘਬਰਾ ਕੇ ਜਾਂਦੇ ਨੇ ਜਿਸ ਕਰਕੇ ਸਭ ਨੂੰ ਭੁਗਤਣਾ ਪੈਂਦਾ ਫਿਰ। ਜੀ ਜੀ ਦੇਖੋ ਕਿਤੇ ਨਾ ਕਿਤੇ ਪੈਨਿਕਿੰਗ ਮੋਡ ਹੋ ਜਾਂਦਾ ਹੈ ਦੁਨੀਆਂ ਦੇ ਵਿੱਚ, ਫਿਰ ਮਨੁੱਖੀ ਸੁਭਾਅ ਵੀ ਹੈ ਨਾ, ਇਹ ਮੁੱਢਲੀਆਂ ਗੱਲਾਂ ਤੋਂ ਨਹੀਂ ਮੁੱਕਰ ਸਕਦੇ ਆਪਾਂ, ਕਿਉਂਕਿ ਇਹ ਕੁਦਰਤ ਨੇ ਫਿਰ ਸਿਸਟਮ ਦੀ ਜੇ ਗੱਲ ਕਰਦੇ ਹਾਂ ਤੇ ਕੁਦਰਤ ਦੇ ਸਿਸਟਮ ਦੇ ਵਿੱਚ ਹੀ ਆ ਕਿ ਲੋਕਾਂ ਦਾ ਇਹ ਮੁੱਢਲਾ ਸੁਭਾਅ ਵੀ ਆ ਕਿ ਜਦੋਂ ਕਿਤੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਬਣਦੀ ਆ ਤੇ ਉਹ ਲੋਕ ਪੈਨਿਕ ਹੋ ਜਾਂਦੇ ਨੇ। ਇਸ ਕਰਕੇ ਉਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਸੀ ਕਿ ਮੈਂ ਲੋਕਾਂ ਨੂੰ ਥੋੜ੍ਹਾ ਜਿਹਾ 1.5-2 ਮਿੰਟ ਵਿੱਚ ਪ੍ਰੋਪਰਲੀ ਐਕਸਪਲੇਨ ਕਰ ਸਕਾਂ ਕਿ ਇਹ ਇੱਕ ਵਕਤ ਹੈ ਜਿਹੜਾ ਗੁਜ਼ਰ ਜਾਵੇਗਾ, ਜੇ ਚੰਗਾ ਨਹੀਂ ਰਿਹਾ ਤੇ ਹੁਣ ਮਾੜਾ ਨਹੀਂ ਰਹੇਗਾ। ਸੋ ਇਹਦੇ ਵਿੱਚ ਮਿਸ ਇਨਫੋਰਮੇਸ਼ਨ ਇਹ ਹੈ ਕਿ ਹਰ ਅੱਜ ਜਿਹੜੀ ਦੌੜ ਪਤਾ ਕੀ ਹੈਗੀ ਆ, ਅੱਜ ਦੌੜ ਚੱਲ ਪਈ ਵਿਊਜ਼ ਦੀ, ਇਹ ਮੇਰੀ ਵੀਡੀਓ ਨੂੰ ਕੌਣ ਬਹੁਤ, ਉਹ ਲੋਕਾਂ ਨੂੰ ਨੈਗੇਟਿਵਿਟੀ ਜ਼ਿਆਦਾ ਚੰਗੀ ਵੀ ਲੱਗਦੀ ਆ ਮੈਂ ਕਹਿ ਸਕਦਾ, ਕਿਉਂਕਿ ਲੋਕ ਉਹਨੂੰ ਜ਼ਿਆਦਾ ਵੇਂਦੇ ਨੇ। ਸੋ ਜਿਹੜਾ ਕ੍ਰੀਏਟਰ ਹੈਗਾ ਕੋਈ ਬੰਦਾ ਵੀ ਆ, ਉਹਦੀ ਟਰਾਈ ਇਹ ਰਹਿੰਦੀ ਹੈ ਕਿ ਮੈਂ ਵੱਧ ਤੋਂ ਵੱਧ ਪੰਜਾਬੀ ਵਰਡ ਬੋਲਾਂ, ਵੱਡੀ ਤੋਂ ਵੱਡੀ ਜਿਵੇਂ ਨੈਗੇਟਿਵਿਟੀ ਕਿਵੇਂ ਫੈਲਾਵਾਂ ਅਤੇ ਮੈਨੂੰ ਵਿਊ ਕਿਵੇਂ ਮਿਲਣ, ਉਹਨੂੰ ਇਹਦੇ ਨਾਲ ਕੋਈ ਫਰਕ ਨਹੀਂ ਕਿ ਫੈਕਟ ਇਹਦਾ ਕਿਤੇ ਕੀ ਪੈਣਾ ਵਾ। ਸਾਡੀਆਂ ਜਿੰਨੀਆਂ ਵੀਡੀਓ ਹੁੰਦੀਆਂ ਨੇ ਮੈਂ ਟੀਵੀ ਕੀਤਾ ਦੱਸਾਂ, ਗੁਰਬਾਣੀ ਦਾ ਦੱਬ ਕੇ ਪ੍ਰਚਾਰ ਕੀਤਾ, ਸਾਰਾ ਕੁਝ ਯੂਟਿਊਬ 'ਤੇ ਪਿਆ, ਕੋਈ ਹਵਾਈ ਗੱਲ ਨਹੀਂ ਹੈਗੀ, ਗੁਰਬਾਣੀ ਦੇ ਨਾਲੋਂ ਕੁਦਰਤ ਨਾਲ ਜੋੜ ਕੇ ਸਾਰਾ ਕੁਝ ਜੋ ਵੀ ਸਿਸਟਮ ਸੀਗਾ ਉਹਨੂੰ ਅਸੀਂ ਪੂਰਾ ਐਕਸਪਲੇਨ ਕਰਦੇ, ਕਿਉਂਕਿ ਮੇਰੀ ਪੜ੍ਹਾਈ ਬਹੁਤ ਡਿਫਰੈਂਟ ਆ, ਮੈਂ 5-6 ਸੌ ਕਿਤਾਬ ਪੜ੍ਹ ਚੁੱਕਿਆ, ਫਿਲੋਸਫੀ, ਸਾਈਕੋਲੋਜੀ, ਹਿਸਟਰੀ, ਤੁਸੀਂ ਜਿਹਦੀ ਮਰਜ਼ੀ ਸ਼ੁਰੂ ਕਰੋ, ਮਾਫੀ ਚਾਹੁੰਦਾ। ਚਲੋ ਖੈਰ ਇਹ ਇੱਕ ਅਲੱਗ ਟੋਪਿਕ ਸੀ ਨਾ, ਕਹਿਣ ਦਾ ਮਤਲਬ ਮੇਰਾ ਇਹ ਕਿ ਉਹ ਇਹ ਆਪਣੇ ਲੋਕਾਂ ਨੂੰ ਪੈਨਿਕਿੰਗ ਮੂਡ ਦੇ ਵਿੱਚ ਨਹੀਂ ਆਉਣਾ ਚਾਹੀਦਾ, ਇਸ ਸਿਚੁਏਸ਼ਨ ਨੂੰ ਸਮਝਣਾ ਚਾਹੀਦਾ ਕਿ ਇੱਕ ਟਾਈਮ ਹੈ ਲੋਕਾਂ ਦੇ ਵਿੱਚ, ਗਵਰਨਮੈਂਟ ਆਪਣੇ ਹਿਸਾਬ ਨਾਲ ਚੱਲ ਰਹੀ ਹੈ, ਉਹਨੂੰ ਫਿਕਸ ਕਰਨ ਦੇ ਲਈ ਟਾਈਮ ਲੱਗਦਾ, ਵੇਟ ਕਰੋ ਸਭ ਠੀਕ ਹੋ ਜਾਏਗਾ। ਜੀ ਥੈਂਕ ਯੂ ਸੋ ਮਚ ਭਾਜੀ ਤੁਹਾਡੇ ਟਾਈਮ ਵਾਸਤੇ, ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ ਕਰੋ ਜੀ, ਬਹੁਤ ਸ਼ੁਕਰੀਆ, ਬਹੁਤ ਜਾਣਕਾਰੀ ਦਿੱਤੀ ਹੈ ਜੀ, ਤੇ ਆਈ ਹੋਪ ਹਮੇਸ਼ਾ ਚੜ੍ਹਦੀ ਕਲਾ ਚ ਰਹੇ। ਜੀ ਜੀ ਥੈਂਕ ਯੂ ਭਾਜੀ, ਤੇ ਮੈਂ ਹੋਪ ਕਰਦਾ ਕਿ ਅੱਗੇ ਵੀ ਤੁਹਾਡੇ ਤੋਂ ਜੇ ਕੋਈ ਨੌਲੇਜ ਲੈਣੀ ਹੋਈ ਜ਼ਰੂਰ ਅਸੀਂ ਲਵਾਂਗੇ, ਤੁਹਾਨੂੰ ਕੰਟੈਕਟ ਕਰਾਂਗੇ, ਪਲੀਜ਼ ਸਾਨੂੰ ਟਾਈਮ ਜ਼ਰੂਰ ਦਿਓ, ਤੇ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਭਾਜੀ, ਥੈਂਕ ਯੂ। ਕੋਈ ਗੱਲ ਨਹੀਂ ਜੀ, ਵੈਸੇ ਵੀ ਜ਼ਿੰਦਗੀ ਵਿੱਚ ਕਦੇ ਕਿਸੇ ਵੀ ਮੋੜ ਦੇ ਉੱਪਰ ਕੋਈ ਵੀ ਆਪਾਂ ਗੱਲਬਾਤ ਕਰਨੀ ਹੋਵੇ, ਆਮ ਆਲਵੇਜ਼ ਓਪਨ ਟੂ ਦੈਟ। ਜ਼ਰੂਰ ਭਾਜੀ, TS ਇਮੀਗ੍ਰੇਸ਼ਨ ਕੈਨੇਡੀਅਨ ਗਵਰਨਮੈਂਟ ਤੇ ਇੰਡੀਅਨ ਗਵਰਨਮੈਂਟ ਵੱਲੋਂ ਅਪਰੂਵਡ ਇਮੀਗ੍ਰੇਸ਼ਨ ਕੰਸਲਟੈਂਟ ਟੀਮ ਹੈ। TS ਇਮੀਗ੍ਰੇਸ਼ਨ ਦੀ ਟੀਮ ਕੈਨੇਡਾ ਅਤੇ ਇੰਡੀਆ ਵਿੱਚ ਕਈ ਸਾਲਾਂ ਤੋਂ ਕਿੰਨੀਆਂ ਹੀ ਸਟੂਡੈਂਟਸ, ਕੈਨੇਡੀਅਨ PR ਹੋਲਡਰਸ, ਵਰਕ ਪਰਮਿਟ ਹੋਲਡਰਸ, ਵਿਜ਼ਟਰ ਵੀਜ਼ਾ ਅਤੇ ਹੋਰ ਕਈ ਕੰਪਲੈਕਸ ਮੈਟਰਸ 'ਚ ਲੋਕਾਂ ਨੂੰ ਗਾਈਡ ਕਰ ਰਹੇ ਨੇ ਅਤੇ ਉਹਨਾਂ ਨੂੰ ਕੈਨੇਡੀਅਨ ਵੀਜ਼ਾ ਲੈਣ ਵਿੱਚ ਅਤੇ ਉਹਨਾਂ ਦੀ ਕਨਫਿਊਜ਼ਨ ਦੂਰ ਕਰਨ ਵਿੱਚ ਵੀ ਹੈਲਪ ਕਰ ਰਹੇ ਨੇ। TS ਇਮੀਗ੍ਰੇਸ਼ਨ ਦੇ ਆਫਿਸ ਕੈਨੇਡਾ ਅਤੇ ਪੰਜਾਬ ਦੋਨੋਂ ਦੇਸ਼ਾਂ ਵਿੱਚ ਐਸਟੈਬਲਿਸ਼ ਨੇ। ਮੈਂ ਉਮੀਦ ਕਰਦਾ ਕਿ ਇਸ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਤੁਹਾਡੀ ਕੁਝ ਕਨਫਿਊਜ਼ਨ ਤਾਂ ਦੂਰ ਹੋਈ ਹੋਏਗੀ। ਆਪਣੇ ਸਵਾਲ, ਵਿਚਾਰ ਕਮੈਂਟ ਸੈਕਸ਼ਨ 'ਚ ਜ਼ਰੂਰ ਦੇਣਾ ਅਤੇ ਵੀਡੀਓ ਨੂੰ ਵੀ ਸ਼ੇਅਰ ਕਰੋ। ਥੈਂਕਸ ਫੋਰ ਵਾਚਿੰਗ।